और ये तुम्हारे जेब में ऐसे मिल गया, कहाँ से लिया था? मैम छूटता नहीं है। कोई गल नहीं, कोई गल नहीं, अगर आप पींदा तो कितों ही लिया नशा तस्करा ਅਤੇ ਸਮਾਜਿਕ ਅੰਸਰਾ ਵਿਰੁੱਧ ਆਪਣੀ ਪਕੜ ਨੂੰ ਹੋਰ ਸਖਤ ਕਰਦਿਆਂ ਪੰਜਾਬ ਪੁਲਿਸ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਸੀਲ ਸ਼ੁਰੂ ਕੀਤਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਬੜੀ ਹੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਐਕਚੁਅਲੀ ਜਿਹੜਾ ਪੰਜਾਬ ਗਵਰਨਮੈਂਟ ਔਰ ਸਾਡੇ ਡੀਜੀਪੀ ਸਾਹਿਬ ਦੀ ਇਹ ਸੋਚ ਹੈ ਵੀ ਹਰ ਜਗ੍ਹਾ ਦੇ ਉੱਤੇ ਹਰ ਡਿਸਟ੍ਰਿਕਟ ਦੇ ਵਿੱਚ ਹੌਟਸਪੌਟ ਜਿਹੜੇ ਆ ਉਹ ਆਇਡੈਂਟੀਫਾਈ ਕੀਤੇ ਜਾਣ ਜਿੱਥੇ ਡਰੱਗ ਜ਼ਿਆਦਾ ਵਿਕਦੀ ਹੈ ਜਾਂ ਕੰਜ਼ਿਊਮ ਹੁੰਦੀ ਹੈ। ਉਹਦੇ ਵਿੱਚ ਜਿਹੜਾ ਮਕਬੂਲਪੁਰਾ ਅੱਜ ਅੰਮ੍ਰਿਤਸਰ ਕਮਿਸ਼ਨਰੇਟ ਦਾ ਇੱਕ ਮੇਨ ਹੌਟਸਪੌਟ ਹੈ ਜਿੱਥੇ ਅਸੀਂ ਪਿਛਲੇ 6 ਮਹੀਨੇ ਤੋਂ ਕੰਟੀਨਿਊਸਲੀ ਜਿਹੜੀਆਂ ਸਰਚਸ ਕਰ ਰਹੇ ਹਾਂ ਔਰ ਲਾਸਟ 2-3 ਮਹੀਨੇ ਦੇ ਵਿੱਚ ਅਸੀਂ 60 ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਨੇ, ਜਿੱਥੋਂ 16 ਬੰਦੇ ਅਸੀਂ 110 ਦਾ ਕਲੰਦਰਾ ਬਣਾਇਆ। 110 ਦਾ ਕਲੰਦਰਾ ਉਹ ਹੁੰਦਾ ਜਿਹੜਾ ਹੈਬਿਚੁਅਲ ਕ੍ਰਿਮੀਨਲ ਹੋਵੇ ਔਰ ਜੇਲ੍ਹ ਤੋਂ ਬਾਹਰ ਆ ਕੇ ਜਿਹੜਾ ਸਮਾਜ ਲਈ ਖਤਰਾ ਹੋਵੇ, ਉਹਨਾਂ ਨੂੰ ਸਮਾਜ ਨੂੰ ਖਤਰਾ ਪੈਦਾ ਕਰਦੇ ਹੋਏ ਉਹ 'ਚ ਅਰੈਸਟ ਕੀਤੇ ਗਏ ਨੇ। ਉਸ ਤੋਂ ਇਲਾਵਾ ਅਸੀਂ ਇੱਥੇ ਇੱਕ ਰੀਹੈਬਿਲੇਸ਼ਨ ਕੈਂਪ ਲਗਾਇਆ ਸੀਗਾ ਹੈਲਥ ਡਿਪਾਰਟਮੈਂਟ ਔਰ DC ਸਾਹਿਬ ਦੇ ਨਾਲ ਰਲ ਕੇ, ਜਿਸ 'ਚ ਅਸੀਂ 16 ਬੰਦਿਆਂ ਨੂੰ ਜਿਹੜਾ ਆ ਉਹ ਡਰੱਗ ਉਹਨਾਂ ਦੀ ਛੁਡਵਾਈ ਸੀਗੀ ਔਰ ਐਡਮਿਟ ਕਰਾਇਆ ਸੀਗਾ। ਔਰ ਉਸ ਤੋਂ ਬਾਅਦ ਇਹ ਜਿਹੜਾ ਏਰੀਆ ਕਾਫੀ ਇੱਥੇ ਕੰਜ਼ਿਊਮ ਕਰਦੇ ਸੀ ਲੋਕ, ਇੱਥੇ ਟੋਟਲ 703 ਫਲੈਟਾਂ 'ਚੋਂ 470 ਫਲੈਟ ਜਿਹੜੇ ਨੇ ਉਹ ਆਕੂਪਾਈਡ ਨੇ, ਜਿਸ 'ਚ ਜਿਹੜੇ ਕੁਛ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਟੈਨੈਂਟ ਰਹਿੰਦੇ ਨੇ ਔਰ ਪਿੱਛੇ ਜਿਹੜੇ ਜ਼ਿਆਦਾ ਇੱਥੇ ਸੇਲ ਕਰਨ ਵਾਲੇ ਸੀਗੇ ਉਹਨਾਂ ਦੇ ਪਰਚੇ ਕੱਢ ਕੇ ਜਿਹੜੇ ਉਹ ਇੱਥੋਂ ਛੱਡ ਕੇ ਵੀ ਜਾ ਚੁੱਕੇ ਨੇ ਪੁਲਿਸ ਦੇ ਪ੍ਰੈਸ਼ਰ ਕਰਕੇ। ਔਰ ਜਿਹੜੇ ਨੈਕਸਟ ਅਸੀਂ ਸਾਡਾ ਸਟੈਪ ਹੈਗਾ ਉਹਦੇ 'ਚ ਆ ਰਿਹਾ ਵੀ ਅਸੀਂ ਜਿਹੜੇ ਓਨਰ ਨੇ ਇਹਨਾਂ ਫਲੈਟਸ ਦੇ ਉੱਤੇ ਉਹਨਾਂ ਨੂੰ ਅਸੀਂ ਅਗਰ ਕੋਈ ਕ੍ਰਿਮੀਨਲ ਇੱਥੇ ਰਹਿੰਦਾ ਪਾਇਆ ਗਿਆ ਔਰ ਉਹਦੀ ਆਇਡੈਂਟੀਫਿਕੇਸ਼ਨ ਉਹਨਾਂ ਨੇ ਪੁਲਿਸ ਨੂੰ ਨਹੀਂ ਦਿੱਤੀ ਤੇ ਅਸੀਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ। ਅੱਜ ਜੋ ਪੂਰੇ ਪੰਜਾਬ ਦੇ ਵਿੱਚ ਜੋ ਕੈਸੋ ਆਪਰੇਸ਼ਨ ਚੱਲ ਰਹੇ ਨੇ, ਕੋਆਰਡੀਨੇਟ ਸਰਚ ਆਪਰੇਸ਼ਨ, ਇਟ ਇਜ਼ ਅ ਕੋਆਰਡੀਨੇਟਿਡ ਆਪਰੇਸ਼ਨ ਹੈਗੇ ਜੀ, ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ ਨੇ। ਹਰੇਕ ਜ਼ਿਲ੍ਹੇ ਦੇ ਵਿੱਚ ਸੀਨੀਅਰ ਅਫਸਰ ਉਹਨਾਂ ਦਾ ਸੁਪਰਵਿਜ਼ਨ ਕਰ ਰਹੇ, ਓਵਰਆਲ DGP ਪੰਜਾਬ ਔਰ ADGP ਲੋ ਐਂਡ ਆਰਡਰ ਉਹਨਾਂ ਦੇ ਸੁਪਰਵਿਜ਼ਨ ਦੇ ਹੇਠ ਇਹ ਚੱਲ ਰਿਹਾ। ਇੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਬਟਾਲਾ ਦੇ ਵਿੱਚ IG ਸਾਹਿਬ ਨੇ ਆਪਣੇ ਬਲਜੋਤ ਰਾਥੋੜ ਦਾ ਉਨਕੀ ਅਗਵਾਈ ਦੇ ਅੰਡਰ ਆਪਾਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ। ਉਹ ਇਹ ਕਾਰਨੇ ਜਿੱਥੇ ਆਲਰੇਡੀ ਬੇਲਡ ਆਊਟ ਬੰਦੇ ਹੈਗੇ ਆ ਜਾਂ ਸਾਨੂੰ ਇਹ ਡਾਊਟ ਹੈਗੇ ਕਿ ਹੁਣ ਵੀ ਕੰਮ ਕਰ ਰਹੇ ਨੇ ਉਹਨਾਂ ਦੇ ਘਰ ਦਾ ਸਰਚ ਹੈਗੇ ਔਰ ਇੱਕ ਤਰ੍ਹਾਂ ਸੇ ਆਪਣੀ ਏਰੀਆ ਦਾ ਸਾਰੇ ਜੋ ਜਿੱਥੇ ਪਹਿਲੇ ਵੀ ਰਿਕਵਰੀਜ਼ ਹੋਏ ਹੋਏ ਨੇ ਔਰ ਲੋਕਾਂ ਦਾ ਕੰਪਲੇਂਟਸ ਹੈਗੇ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਆ, ਤਾਂ ਉਹ ਉਸ ਏਰੀਆ ਨੂੰ ਆਪਾਂ ਅੱਜ ਸ਼ਾਰਟਲਿਸਟ ਕਰਕੇ ਉੱਥੇ ਆਪਣੇ ਵੱਖਰੇ ਵੱਖਰੇ ਟੀਮ ਲਵਾ ਕੇ ਅਰਾਊਂਡ 300 ਦੀ ਫੋਰਸ ਹੈਗੀ ਜੀ ਸਾਡੀ ਅੱਜ ਜੋ ਇਹਦੀ ਕੋਆਰਡੀਨੇਟ ਸਰਚ ਆਪਰੇਸ਼ਨ ਦੀ ਹੈਗੀ। ਚਾਰੋਂ ਸਬ ਡਿਵੀਜ਼ਨ ਦੇ ਵਿੱਚ ਆਪਣੇ ਇੱਕ ਆਪਣੇ SP ਔਰ 2 DSP ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਜੋ SHOs ਹੈਗੇ ਆ ਉਹ ਥਾਣਿਆਂ ਦਾ ਫੋਰਸ ਹੈ ਉਹ ਸਾਰੇ ਅੱਜ ਦੀ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਨੇ ਜੀ। ਮੈਡਮ ਇੱਕ ਘਰ ਦੇ ਵਿੱਚ ਤੁਸੀਂ ਗਏ ਹੋ ਤਾਂ ਕੁਝ ਨੌਜਵਾਨ ਵੀ ਮਿਲੇ ਜਾਂ ਉੱਥੇ ਕੁਝ ਸਮਾਨ ਵੀ ਮਿਲਿਆ, ਕੀ ਕੁਝ ਹੈਗਾ ਸੀ ਤੇ ਕੀ ਕਾਰਵਾਈ ਉਹਨਾਂ ਦੀ ਕੀਤੀ ਜਾ ਰਹੀ? ਉਸ ਦੇ 'ਚ ਉਹ ਸਸਪੈਕਟਡ ਹੈਗੀ ਜੀ ਨਸ਼ੀਲਾ ਪਾਊਡਰ ਹੈਗੇ ਆ, ਉਹ ਕੀ ਹੈਗੇ ਉਹ ਸਾਨੂੰ ਫੋਰੈਂਸਿਕ ਤੇ ਬਾਅਦ ਹੀ 'ਚ ਪਤਾ ਚੱਲੂਗਾ, ਲੇਕਿਨ ਜੋ ਉਹਨਾਂ ਦੇ ਕਹਿਣ ਦੇ ਮੁਤਾਬਿਕ ਹੈਗਾ ਉਹ ਨਸ਼ੇ ਦੀ ਪਾਊਡਰ ਸੀਗਾ, ਉਹ ਆਪਾਂ ਇੱਕ ਵਾਰੀ ਚੈੱਕ ਕਰ ਲਾਂਗੇ ਜੀ, ਚੈੱਕ ਕਰਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਵਾਂਗੇ। ਮੈਡਮ ਕੀ ਕਾਰਨ ਕੀ ਹੈ ਜਦੋਂ ਵੀ ਪੁਲਿਸ ਕਿਤੇ ਰੇਡ ਮਾਰਦੀ ਆ ਜਾਂ ਕਿਸੇ ਨਸ਼ੇੜੀ ਨੂੰ ਪਕੜਦੀ ਆ ਤਾਂ ਸਿਰਫ 10 ਜਾਂ 20 ਗ੍ਰਾਮ ਹੀ ਪਾਊਡਰ ਮਿਲਦਾ? ਦੇਖੋ ਜੀ ਕੋਈ ਵੀ ਇਹ ਜਦੋਂ ਮਤਲਬ ਜਿਵੇਂ ਤੁਹਾਨੂੰ ਵੀ ਪਤਾ ਹੈਗਾ ਜੀ ਜੋ ਇਸ ਕ੍ਰਾਈਮ ਦੇ ਵਿੱਚ ਹੈਗੇ ਦੇ ਆਰ ਆਲਸੋ ਵੈਰੀ ਸਮਾਰਟ, ਜੋ ਉਹ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ, ਜਿਵੇਂ ਇਹਨਾਂ ਨੂੰ ਕੋਈ ਵੀ ਇੰਨਾ ਵੱਡਾ ਸਮਾਨ ਜੋ ਹੈ ਆਪਣੇ ਘਰ ਦੇ ਨਹੀਂ ਰੱਖਦਾ ਹੈ ਐਟ ਐਨੀ ਗਿਵਨ ਟਾਈਮ, ਤਾਂ ਜਦੋਂ ਵੀ ਉਹ ਵੱਡੀ ਰਿਕਵਰੀਜ਼ ਹੁੰਦੇ ਨੇ ਉਹ ਪ੍ਰੋਪਰ ਇਨਫੋਰਮੇਸ਼ਨ ਦੇ ਇਸ 'ਤੇ ਹੁੰਦਾ ਹੈ ਜੀ, ਆਪਣੀ ਇੰਟਰਸੈਪਸ਼ਨ ਹੁੰਦਾ ਆ, ਉਹ ਆਪਣੇ ਸੋਰਸਿਸ ਹੁੰਦੇ ਆ ਉਸ 'ਤੇ ਰਾਹੀਂ ਪਤਾ ਜਦੋਂ ਪਤਾ ਚੱਲਦਾ ਹੈ ਉਸ ਤੋਂ ਬਾਅਦ ਜਦੋਂ ਰੇਡ ਹੁੰਦੇ ਆ ਵਹਾਂ ਪੇ ਆਪਕੀ ਵੱਡੀ ਰਿਕਵਰੀ ਹੁੰਦੀ ਹੈ। ਇਹ ਜੋ ਹੈਗੀ ਇਹ ਚਾਂਸ ਰਿਕਵਰੀ ਹੈ ਰਿਕਵਰੀ ਹੁਣ ਜਿਸ ਤਰੀਕਾ ਤੁਸੀਂ ਕਿਹਾ ਕਿ ਉਹ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਦੇ ਨੇ ਜਾਂ ਫਿਰ ਉਹਨਾਂ ਨੇ ਆਪਣੇ ਸੂਈਏ ਲਗਾਏ ਹੁੰਦੇ ਨੇ, ਉਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲ ਜਾਂਦੀ ਹੈ, ਕੀ ਸਮੇਂ ਤੋਂ ਫਿਰ ਪੁਲਿਸ ਦੀ ਜਿਹੜੀ ਇਨਫੋਰਮੇਸ਼ਨ ਆ ਜਾਂ ਫਿਰ ਪੁਲਿਸ ਦੀ ਪ੍ਰੋਫੈਸ਼ਨਲ ਤੌਰ ਤੇ ਕੰਮ ਨਹੀਂ ਕਰ ਪਾ ਰਹੀ ਆ? ਤਾਂ ਪੁਲਿਸ ਪ੍ਰੋਫੈਸ਼ਨਲ ਤਰੀਕੇ ਸੇ ਕੰਮ ਕਰ ਰਹੀ ਆ ਜੀ, ਤਾਂ ਕਰਕੇ ਸਾਡਾ ਪ੍ਰੋਪਰ ਰਿਕਵਰੀਜ਼ ਹੋ ਰਹੇ ਨੇ। ਇਹ ਜੋ ਹੁੰਦਾ ਨਾ ਜੀ ਜੋ ਆਪਣੇ ਹੁਣ ਦੇਖਿਆ ਉਹ ਬਹੁਤ ਸਮਾਲ ਕੁਆਂਟੀਟੀ ਦੀ ਹੈਗੀ ਆ, ਜੋ ਵੀ ਹੈਗੇ ਉਹ ਪਾਊਡਰ ਹੈ, ਇਟ ਇਜ਼ ਵੈਰੀ ਸਮਾਲ ਕੁਆਂਟੀਟੀ। ਜੋ ਕੰਮ ਕਰਨ ਵਾਲੇ ਹੁੰਦੇ ਜੋ ਪ੍ਰੋਫੈਸ਼ਨਲ ਤੁਸੀਂ ਦੇਖਦੇ ਹੋ ਜਦੋਂ ਵੀ ਸਾਡੀ ਵੱਡੀ ਰਿਕਵਰੀ ਹੁੰਦੀ ਹੈ ਉਹ ਇਨਫੋਰਮੇਸ਼ਨ ਦੇ ਤਹਿਤ ਹੁੰਦਾ ਹੈ ਜੀ, ਜਦੋਂ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲਦੀ ਹੈ ਉਸ ਦੇ ਉੱਪਰ ਡਿਵੈਲਪ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਜਾ ਕੇ ਉਹ ਰਿਕਵਰੀ ਜੀ। NIA ਵੱਲੋਂ ਆਪਣੇ ਵੱਖ-ਵੱਖ ਅੰਡਰ ਇਨਵੈਸਟੀਗੇਸ਼ਨ ਮੁਕੱਦਮਿਆਂ ਵਿੱਚ ਰੇਡ ਕੀਤੀ ਗਈ ਹੈ, ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਉਹਨਾਂ ਦੀ ਟੀਮਸ ਆਈਆਂ ਹੋਈਆਂ,
पंजाब पुलिस वालों अपनी टीम्स लगा के एन आई ए नाल पूरा कोऑपरेट किया गया, तो उन्होंने लोकल असिस्टेंस जी है प्रोवाइड की गई है। कुछ शक्की बंदे उन्होंने क्वेश्चन करन लई उन्होंने राउंड अप भी किया, उन्होंने क्वेश्चनिंग जारी है, तो जो भी डिटेल्स होंगे अगले तुहाडे नाल असीं शेयर कर देंगे। अज फिरोजपुर जिले में जो सानू हुक्म आए से उपरों पंजाब सरकार वालों माननीय डी जी पी पंजाब वालों फिरोजपुर जिले में 80 जगह कैसो ऑपरेशन जारी है। 300 तो उपर पुलिस मुलाजम तैनात ने, 8 साढ़े गैजेटेड अफसर तैनात ने। काफ़ी जगह साड़ी रेड चली है, शेखा वाली बस्ती असी खड़े हैं, एक सानू स्नैचर जिहड़ा मिलिया है, 3 फेक नंबर वाले मोटरसाइकिल रिकवर हुए हैं, 10 ग्राम हैरोइन नाल एक्यूज मिले है। सारी जगह कोई ना कोई रिकवरी हो रही है, सानू बड़ा पॉजिटिव रिजल्ट मिल रहा है। पूरे दिन की रिकवरी तो शाम तक असी सारी कंपाइल करके दे देंगे। एस एस पी साहब एंड एस पी डी साहब कि एन आई ए भी 11 थावां ते अपनी सर्च कर रही है, बट दैट इज़ देयर ऑपरेशन, इट्स अ सीक्रेट ऑपरेशन, वो अपना चला रहे हैं। उन्होंने अजे तक कोई डिटेल्स जी है लोकल पुलिस ने शेयर नहीं की, बट आई एम श्योर कि द मूमेंट दे शेयर सम लीड्स और सम डिटेल्स विद द लोकल एस एस पी तो शी विल ब्रीफ यू, तुम दसेंगे उस बारे भी की यकीन है। एज सच एट प्रेजेंट मैं उस बारे कोई भी तुम कमेंट नहीं कर सकता, बट रेड सर्च इज़ गोइंग ऑन एंड एट 11 प्लेसिस एक्सक्लूसिवली बाय द NIA एंड ऑन देयर ओन। दसनयोग है कि पंजाब DGP गौरव यादव ने हाल ही विच यह आदेश भी जारी किए कि आने वाले समय के अजिहे कई ऑपरेशन किए जाएंगे। उन्होंने कहा कि गैंगस्टरां, नशा तस्करां अते समाज विरोधी अंसरां दा मुकम्मल सफाया किया जाएगा। नाल ही तुहानू दस दईए कि पंजाब पुलिस तो इलावा NIA वालों भी गैंगस्टरां ते शिकंजा कसण दे लई देश दे कई सूबिआं दे विच छापेमारी की गई है। उत्थे ही CBI वालों भी सख्त कार्रवाई करते हुए पंजाब दे तकरीबन 30 थावां ते FCI दे दफ्तरां दी तलाशी लई गई है। निडर हां, निरपक्ष हां, आजाद हां, सच कहां, गल करांगे सियासी हवा दी, होणगे हुकमराना नूं सिद्धे सवाल, सब तो पहलां पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।